ਜੇ ਬਿਸਮਿਲ੍ਲਾਹ ਰਹਿਮਾਨ ਰਹੀਮ ਤੋ ਸਨ ਮੇਜ਼ਬਾਨ ਵਕਾਰ ਪਰਦੇਸੀ ਤੋ ਸਨ ਖਿਦਮਤ ਵਿੱਚ ਹਾਜ਼ਰ ਹਾਂ ਜੀ। ਅੱਜ ਨਾ ਜਿਹੜਾ ਵਲੱਗ ਆ ਇਹ ਮੈਂ ਘਰ ਤੋਂ ਸਟਾਰਟ ਕਰਨ ਲਗਾਇਆ ਸਭਨਾਂ ਨੂੰ ਪਹਿਲਾਂ ਤੁਸਾਂ ਕੀ ਦੱਸ ਰਹੇ ਹਾਂ ਕਿ ਕੇਲੇ ਦਾ ਜਿਹੜਾ ਬੂਟਾ ਸੀ ਇਹ ਅੱਗੇ ਮੈਂ ਕਈਆਂ ਵਲੱਗਾਂ 'ਚ ਦੱਸ ਹੀ ਰਿਹਾ ਸਾਂ ਕਿ ਸਾਰੇ ਘਰ ਜਿਹੜਾ ਕੇਲੇ ਦਾ ਪੌਦਾ ਲਗਾ ਵਾ ਉਸਨੇ ਨਾ ਕੇਲੇ ਲਗੇ ਹੋਏ, ਲੇਕਿਨ ਅੱਜ ਇਤਨੀ ਜ਼ਿਆਦਾ ਬਾਰਿਸ਼ ਹੋਈ, ਬਾਰਿਸ਼ਾਂ ਨਾਲ ਝੱਖਰ ਵੀ ਝੁੱਲਿਆ, ਝੱਖਰ ਝੁੱਲਣ ਦੀ ਵਜ੍ਹਾ ਤੋਂ ਅਸਾਂ ਇਸ ਬੂਟੇ ਕੀ ਕੈਮਰਾਮੈਨ ਅਗਰ ਦੱਸੀ ਸਕਿਆ ਕਿ ਬੜੀ ਸੇਫਟੀ ਕੀਤੀ ਸੀ, ਕਾਫੀ ਜ਼ਿਆਦਾ ਇਸ ਕੀ ਅਸਾਂ ਸੇਫਟੀ ਕੀਤੀ ਸੀ, ਲੇਕਿਨ ਇਹ ਫਿਰ ਵੀ ਜਿਹੜਾ ਪੌਦਾ ਹੈ ਭੱਜੀ ਗਿਆ, ਭੱਜ ਨਹੀਂ ਸਕੀ ਸਕਦੇ ਹੋ, ਇਹ ਹੁਣ ਨਾਲ ਜੁੜ ਹੀ ਨਹੀਂ ਸਕਣਾ, ਇਹ ਮੁਕੰਮਲ ਤੌਰ ਉੱਪਰ ਭੱਜੀ ਗਿਆ। ਤਾਂ ਇਸਨੇ ਨਾਲ ਜਿਹੜੇ ਮੇਨ ਚੀਜ਼ ਸੀ ਉਹ ਕੇਲੇ, ਕੈਮਰਾਮੈਨ ਦੱਸੀ ਸਕਿਆ ਤੱਕੀ ਸਕਦੇ ਹੋ ਕੇਲੇ ਕਿਤਨੇ ਜ਼ਿਆਦਾ ਲਗੇ ਸਨ, ਕਮ ਤੋਂ ਕਮ 3 ਦਰਜਨ ਨੇ ਕਰੀਬ ਕੇਲੇ ਸਨ, ਲੇਕਿਨ ਇੱਕ ਕੇਲੇ ਨਾਲ ਸਹਿਜ ਤੱਕੀ ਸਕਦੇ ਮਾਸ਼ਾ ਅੱਲਾ ਕਿਤਨਾ ਬੜਾ ਕੇਲਾ ਸੀ। ਲੇਕਿਨ ਹੁਣ ਇਹ ਜਿਹੜਾ ਬੂਟਾ ਆ ਇਹ ਮੁਕੰਮਲ ਤੌਰ ਉੱਪਰ ਇਸ ਨਾਲ ਇਹ ਟਾਲਾ ਜਿਸਦੇ ਨਾਲ ਕੇਲੇ ਲਗੇ ਉਸ ਨੇ ਭੱਜੀ ਗਿਆ। ਤਾਂ ਇੱਕ ਹੋਰ ਟਾਲਾ ਆ ਉਹ ਤੁਸਾਂ ਕੀ ਅਸਾਂ ਚੈੱਕ ਕਰਾਉਣੇ ਆ, ਇੱਕ ਹੋਰ ਵੀ ਆਇਆ ਲੇਕਿਨ ਇਹ ਵੀ ਥੋੜ੍ਹਾ ਜਿਹਾ ਇਸ ਤਰ੍ਹਾਂ ਡਿੰਗਾ ਹੋਇਆ ਵਾ, ਅਤੇ ਜੇ ਜ਼ਿਆਦਾ ਬਾਰਿਸ਼ ਹੋਈ ਤਾਂ ਇਸ ਤਰ੍ਹਾਂ ਇਹ ਵੀ ਨਾ ਭੱਜੀ ਜੇ। ਇਹ ਟਾਲਾ ਭੱਜੀ ਗਿਆ, ਜੀ ਇਹ ਕੇਲੇ ਨਾਲ ਬੂਟਾ ਆਈ ਗਿਆ, ਉਸ ਤੋਂ ਬਾਅਦ ਤੱਕੀ ਸਕਦੇ ਹੋ ਅੰਬ ਨਾਲ ਜਿਹੜਾ ਬੂਟਾ ਇਸ ਨਾਲ ਨਿੱਕੇ ਨਿੱਕੇ ਅੰਬ ਲਗੇ ਵੇ, ਮਾਸ਼ਾ ਅੱਲਾ ਬਾਰਿਸ਼ ਲੱਗੀ ਵੀ ਹਾਲੇ ਤੱਕ ਵੀ ਲੱਗੀ ਸੀ, ਹੁਣ ਨਿੱਕੀ ਨਿੱਕੀ ਬਾਰਿਸ਼ ਹੈ। ਪਹਿਲੀ ਵਾਰੀ ਅਸਾਂ ਨੇ ਘਰ ਅਨਾਰ ਨਾਲ ਜਿਹੜਾ ਪੌਦਾ ਆ ਇਸਨੇ ਫੁੱਲ ਪੈਣੇ ਪਏ, ਮਤਲਬ ਜਿਹੜੇ ਅਨਾਰ ਇਹ ਲੱਗਣੇ ਪਏ, ਮਾਸ਼ਾ ਅੱਲਾ ਇਹ ਅਨਾਰ ਆਈ ਗਏ। ਇਹ ਜਿਲ੍ਹਾ ਇਨਸ਼ਾ ਅੱਲਾ ਤਿਆਰ ਹੋ ਸਨ ਤਾਂ ਸਾਂਗੀ ਮਜ਼ੀਦ ਵਲੱਗ ਬਣਾਈ ਤਾਂ ਦੱਸਾਂ ਇਸ ਲੈ ਲਗੇ ਵੇ, ਮਾਸ਼ਾ ਅੱਲਾ ਤੱਕੀ ਸਕਦੇ ਹੋ ਨਾਰ। ਬਾਰਿਸ਼ਾਂ ਦੀ ਵਜ੍ਹਾ ਤੋਂ ਬੂਟਿਆਂ ਦੀ ਜਿਹੜੀ ਰੌਣਕ ਹੈ ਚੰਗੀ ਹੋਏਗੀ, ਜਿਹੜੀ ਇੰਗਲੈਂਡ ਦੀ ਚੀਜ਼ ਬਹੁਤ ਮਹਿੰਗੀ ਲੱਭਣੀ ਪਪੀਤਾ ਇਹ ਆਈ ਗਿਆ, ਕਾਫੀ ਜ਼ਿਆਦਾ ਸਾਰੇ ਘਰ ਲਗਾ ਪਪੀਤਾ। ਅੱਗੇ ਆਈ ਗਿਆ ਮਾਲਟੀਆਂ ਦਾ ਪੌਦਾ, ਇਹ ਮਾਲਟੇ ਨਾਲ ਲਗੇ ਵੇ, ਕਾਫੀ ਜ਼ਿਆਦਾ ਇਸ ਪੌਦੇ ਨਾਲ ਮਾਲਟੇ ਲਗੇ ਵੇ। ਇਹ ਇਨਸ਼ਾਅੱਲਾ ਜਿਲ੍ਹਾ ਤਿਆਰ ਹੋਈ ਰਹੇ ਤਾਂ ਸੰਗੀ ਦੱਸਾਂ, ਮਾਸ਼ਾਅੱਲਾ ਬਾਰਿਸ਼ਾਂ ਦੀ ਵਜ੍ਹਾ ਤੋਂ ਜਿਹੜੀ ਤਬਾਹੀ ਲਿਖਤੀ ਉਹ ਕੇਲੇ ਨੇ ਬੂਟੇ ਨਹੀਂ ਲਿਖਤੀ, ਕੇਲੇ ਨਾਲ ਬੂਟਾ ਸਾਰਾ ਜਿਹੜਾ ਆ ਅਜਿਹਾ ਹੋਈ ਗਿਆ, ਇਹ ਕੇਲਾ ਇਹ ਵੀ ਗਿਆ ਲਗਾ। ਲੁਫਕਾਟ ਆਈ ਗਏ ਕਾਫੀ ਜ਼ਿਆਦਾ, ਇਹ ਵੀ ਜੀ ਤੱਕੀ ਸਕਦੇ ਹੋ ਬਾਰਿਸ਼ਾਂ ਤੋਂ ਬਾਅਦ ਕਣਕਾਂ ਦੀ ਸੂਰਤ ਹਾਲ। ਇਹ ਤਾਂ ਤੁਸੀਂ ਦੱਸਣੇ ਜਿਹੜੀਆਂ ਸਾਨੂੰ ਲੱਕੜੀਆਂ ਜਮ੍ਹਾਂ ਕੀਤੀਆਂ ਵਾ
ਕਾਫੀ ਜ਼ਿਆਦਾ ਹੋਈਆਂ ਵਾ, ਝੱਖਰਾ ਨਹੀਂ ਵਜਿਆ ਤੋਂ ਐ ਤੱਕੋ ਕਿਸ ਤਰ੍ਹਾਂ ਲੱਕੜੀਆਂ ਟੇ ਪਈਆਂ। ਬਾਰਿਸ਼ਾਂ ਤੋਂ ਬਾਅਦ ਇਸ ਏਰੀਏ ਨਾਲ ਵੀ ਉਹ ਚੈੱਕ ਕਰੋ, ਮਾਸ਼ਾ ਅੱਲਾ ਪਾਣੀ ਤੱਕੋ ਜਮ੍ਹਾਂ ਹੀ ਗਿਆ, ਜਾਨਵਰਾਂ ਲਈ ਜਿਹੜੀ ਜਗ੍ਹਾ ਇੱਥੇ ਪਾਣੀ ਜਮ੍ਹਾਂ ਹੀ ਗਿਆ। ਇਹ ਮੁਰਗੀ ਆਏਗੀ, ਇਹ ਅੱਗੇ ਮੁਰਗਾ ਆਈ ਗਿਆ, ਇਹ ਵੀ ਮੁਰਗੀ ਆਏਗੀ। ਜਾਨਵਰ ਹੁਣ ਬਾਹਰ ਲਿਖਤੇ ਲੰਘ ਖਾਣੇ ਵਾਸਤੇ, ਇੱਕੋ ਮੁਰਗੀ ਹੈ ਇਹ, ਨਾਲ ਅੱਗੇ ਬਰੋਟੇ ਆਏਗੀ। ਮਾਸ਼ਾ ਅੱਲਾ ਵਿਊ ਬਹੁਤ ਖੂਬਸੂਰਤ ਆ। ਉਸਦੀ ਵਜ੍ਹਾ ਇਹ ਹੈ ਕਿ ਬਾਰਿਸ਼ਾਂ ਤੋਂ ਬਾਅਦ ਜਿਹੜੀ ਰੌਣਕ ਹੈ ਉਹ ਦਰੱਖਤਾਂ ਦੀ ਚੰਗੀ ਹੋਏਗੀ। ਇਹ ਜਿਹੜੀ ਟੈਂਕੀ ਹੈ ਨਾ, ਇਸ ਜਗ੍ਹਾ ਪਰ ਅਸਾਂ ਦਿਹਾੜੀ ਵਲੀਮਾ ਖਾਧਾ। ਜੀ ਤੱਕੀ ਸਕਦੇ ਹੋ ਛੋਟਾ ਪਰਦੇਸੀ ਸਾਹਿਬ, ਇਹਨਾਂ ਨਾਲ ਚੈਨਲ ਆ। ਇਹ ਸਾਰੀ ਮੁਰਗੀ ਆਏਗੀ, ਇਸ ਕੀ ਬਾਲਿਆ ਵਾ ਸਾਂ ਅੰਡਿਆਂ ਪਰ। ਇਹ ਕਿਤਨੇ ਬੱਚੇ ਕੱਟ ਸੀ? 17 ਅੰਡੇ ਰੱਖੇ ਸਨ, 2-3 ਅੰਡੇ ਭੰਨੀ ਰਹੀ ਹੈ। ਕਿਸ ਵਜ੍ਹਾ ਤੋਂ ਭੰਨੀ ਰਹੀ? ਕੋਈ ਪਤਾ ਨਹੀਂ। ਇਸ ਕੀ ਹੁਣ ਠਲਸੋ ਜੀ, ਦਾਣੇ ਪਾਸੋ? ਹਾਂ ਦਾਣੇ ਪਾਸੋ। ਚਲੋ ਜੀ, ਇਹ ਹੁਣ ਪਰਦੇਸੀ ਛੋਟਾ ਸਾਹਿਬ ਉਠਾਲਣ ਲੱਗੇ। ਇਹ ਤਾਂ ਕੀ ਸਕਦੇ ਹੋ ਕਿਤਨੇ ਅੰਡੇ? 3, 6, 9, 12, 14 ਇਸ ਟੈਂਕੀ 'ਚ ਅਸਾਂ ਬਾਏ ਹੋਏ ਦਾਣੇ। ਹੁਣ ਦਾਣੇ ਕੱਢਣ ਲੱਗੇ ਹਾਂ ਤਾਂ ਮੁਰਗੀਆਂ ਕੀ ਬਾਹ ਲਏ ਹਾਂ। ਛੋਟਾ ਪਰਦੇਸੀ, ਦਾਣੇ ਕੱਢੋ ਨਾ, ਚੂਦਿਆਂ ਕੀ ਬਾਹੋ ਨਾ। ਤਾਂ ਵੀਡੀਓ ਤੱਕ ਨਹੀਂ ਲਈ ਦੱਸੋ ਨਾ ਕਿ ਦਾਣੇ ਕਿਤਨੇ ਗਏ ਇੱਥੇ। ਇਸ ਟੈਂਕੀ ਰੱਖੇ ਨੇ ਜੀ। ਚਲੋ ਹਿੰਮਤ ਮਾਰੋ ਨਾ, ਦਾਣੇ ਲਿਖਣ ਲੱਗੇ। ਸਵੇਰੇ ਨਹੀਂ ਬਾਰਿਸ਼ ਲੱਗੀ ਹੋਈ ਸੀ ਅਤੇ ਮੁਰਗੀਆਂ ਜਿਹੜੀਆਂ ਉਹ ਭੁੱਖੀਆਂ ਸਨ, ਹੁਣ ਦਾਣੇ ਕੱਢੀ ਤਾਂ ਬਾਹਣ ਲੱਗੇ ਹਾਂ। ਇਹ ਦਾਣੇ ਜਿਹੜੇ ਖਰਾਬ ਖਰੂਬ ਹੋਣੇ ਨਾ, ਇਹ ਅਸਾਂ ਵੱਖ ਰੱਖੀ ਹੋਣੇ ਹਾਂ, ਮੁਰਗੀਆਂ ਜੁਲੇ ਹਾਂ ਬਾਣੇ। ਜੀ ਬਾਹਰ ਆਈ ਗਏ ਆ, ਦਾਣੇ ਹੁਣ ਤੱਕਣੇ ਆ, ਮੁਰਗੀਆਂ ਇਕੱਠੀਆਂ ਹੋਈਆਂ ਵਾ, ਇੰਨੇ ਪੀਣ ਲੱਗੇ। 2 ਅੰਡੀਆਂ ਬੈਠੀਆਂ ਅੰਦਰ, ਇਹ ਵੀ ਆਏਗੀ। ਇਹਨਾਂ ਕੀ ਕੋਈ ਲੁੰਘ ਬਾਇਆ ਨਹੀਂ? ਕੋਈ ਉਹ ਤੋਂ ਪਾ ਨਜ਼ਰ ਮਾਰੋ ਕੈਮਰਾ ਉਧਰ, ਪਲੇ ਬੈਕ ਸੀ ਨਾ ਕੀ ਖਤਮ ਹੋਈ ਗਈ ਨਾ। ਉਹ ਬਸ ਆ ਬਾਰਿਸ਼ ਹੋ ਗਈ ਤੇ ਇਹ ਅਸਾਂ ਬਾਈ ਹੋ ਰਿਹਾ। ਇਹਨਾਂ ਕੀ ਇਹ ਬੱਕਰੀ ਵੀ ਨਾਲ ਖਾਣ ਲੱਗੀ ਓਏ। ਮੌਸਮ ਮਾਸ਼ਾਅੱਲਾ ਬੜਾ ਪਿਆਰਾ ਹੋਈ ਗਿਆ ਬਾਰਿਸ਼ਾਂ ਦੀ ਵਜ੍ਹਾ ਤੋਂ। ਠੀਕ ਹੈ ਜੀ, ਅੱਜ ਨਾ ਵਲੱਗ ਇੱਥੇ ਹੀ ਐਂਡ ਕਰਨੇ ਆ। ਦਿਓ ਵਕਾਰ ਪਰਦੇਸੀ ਕੀ ਇਜਾਜ਼ਤ, ਅਗਰ ਜ਼ਿੰਦਗੀ ਰਹੀ ਤਾਂ ਕੁਛ ਹੋਰ ਵੀਡੀਓ ਨਾਲ ਮਿਲਣੇ ਆ। ਖੁਦਾ ਹਾਫਿਜ਼।